ਲੁਧਿਆਣਾ ਦੇ ਪਾਟਨਗਰ ਚੌਂਕ ਵਿਚ ਚਲਦਾ ਹੋਇਆ ਆਟੋ ਅੱਗ ਦੀ ਚਪੇਟ ਵਿਚ ਆ ਗਿਆ। ਸਮੇਂ ਸਿਰ ਹੀ ਆਟੋ ਵਿਚ ਬੈਠੀ ਸਵਾਰੀਆਂ ਤੇ ਚਾਲਕ ਆਟੋ ਤੋਂ ਉਤਰ ਗਏ, ਜਦਕਿ ਆਟੋ ਪੂਰੀ ਤਰ੍ਹਾਂ ਅੱਗ ਵਿਚ ਜਲ ਗਿਆ। ਮੌਕੇ ਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ। ਐਲਪੀਜੀ ਗੈਸ ਵਾਲਾ ਆਟੋ ਹੋਣ ਦੇ ਕਾਰਨ ਵੱਡਾ ਹਾਦਸਾ ਹੋ ਸਕਦਾ ਸੀ, ਪਰ ਸਮੇਂ ਸਿਰ ਹੀ ਅੱਗ ਤੇ ਕਾਬੂ ਪਾ ਲਿੱਤਾ ਗਿਆ। ਆਟੋ ਵਿਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਹਮੇ ਫੋਨ ਆਇਆ ਥਾ ਜੀ, ਅਭੀ ਭਾਰਤ ਨਗਰ ਚੌਂਕ ਮੇ ਆਟੋ ਮੇ ਆਗ ਲੱਗੀ ਹੋਈ ਹੈ, ਤੋ ਜੈਸੇ ਹੀ ਹਮੇ ਫੋਨ ਆਇਆ, ਹਮ ਐਸੇ ਗਾੜੀ ਲੈ ਕੇ ਆਏ, ਤੋ ਤੁਰੰਤ ਦੋ ਤਿੰਨ ਸੈਕਿੰਡ ਕੇ ਪੰਜ ਇੱਕ ਹੀ ਗਾੜੀ ਆਈ ਹੈ ਜੀ, ਪੰਜ ਮਿੰਟ ਕੇ ਕਾਰਨ ਕਿਆ ਆਗ ਲੱਗੀ ਪਤਾ ਨਹੀਂ, ਕਾਰਨ ਨਹੀਂ ਪਤਾ ਹਮਾਰੇ ਯਾਦ, ਜਬ ਹਮ ਪਹੁੰਚੇ ਤੋ ਆਗ ਭਯੰਕਰ ਲੱਗੀ ਹੋਈ ਥੀ, ਇਹ ਗੈਸ ਵਾਲਾ ਆਟੋ ਥਾ, ਗੈਸ ਸਿਲੰਡਰ ਕੋ ਆਗ ਲੱਗੀ ਥੀ, ਮੌਕੇ ਪਰ ਹਮਨੇ ਪਹੁੰਚ ਕੇ ਉਸਕੋ ਕੰਟਰੋਲ ਕਰ ਲਿਆ। ਮੈਂ ਜੀ ਸਵਾਰੀ ਲੈ ਕੇ ਆਇਆ, ਮੈਂ ਆ ਕੇ ਖੜਾਇਆ, ਸਵਾਰੀ ਲਾਉਂਦਾ ਪਿਆ ਸੀਗਾ, ਸਵਾਰੀ ਲਾ ਕੇ ਮੈਨੂੰ ਮਗਰੋਂ ਬੰਦੇ ਨੇ ਆਵਾਜ਼ ਮਾਰੀ, ਉਹ ਕਹਿੰਦਾ ਮਗਰੋਂ ਗੱਡੀ ਦਾ ਧੂੰਹਾਂ ਨਿਕਲਦਾ, ਪਤਾ ਨਹੀਂ ਕੋਈ ਤਾਰ ਸਪਾਰਕ ਹੋਈ ਆ, ਪਤਾ ਨਹੀਂ ਕੀ ਹੋਇਆ। ਮੈਂ ਥੱਲੇ ਉਤਰ ਕੇ ਦੇਖਿਆ, ਥੱਲੇ ਸੜਕ ਦੇ ਉੱਤੇ ਥੋੜ੍ਹੀ ਅੱਗ ਲੱਗੀ ਹੋਈ ਸੀ, ਇੱਕਦਮ ਹੀ ਅੱਗ ਤੇਜ਼ ਹੋ ਗਈ। ਮੈਂ ਦਵਾ ਦਵ ਕਾਗਜ਼ ਕੱਢੇ ਬਾਹਰ ਕੱਢੇ ਆ, ਪੈਸਾ ਪੂਸਾ ਕੁਛ ਨਹੀਂ ਕੱਢਿਆ, ਮੈਂ ਉਵੇਂ ਦਵਾ ਦਵ ਦੂਰ ਹੋ ਗਿਆ, ਮਿੱਟੀ ਮੁੱਟੀ ਪਾਈ ਬੁਝੀ ਨੀਗੀ, ਇੱਕਦਮ ਹੀ ਅੱਗ ਤੇਜ਼ ਹੋ ਗਈ। ਲੁਧਿਆਣਾ ਤੋਂ ਮੋਹਨ ਦੇ ਨਾਲ ਸ਼ੀਤਲ ਦੀ ਰਿਪੋਰਟ, ਪੰਜਾਬੀ ਟੱਚ ਟੀਵੀ।